ਸਰਕਾਰ ਸਾਨੂੰ ਉਹਨਾਂ ਏਰੀਆਜ਼ ਦੇ ਵਿੱਚ ਮੂਵ ਕਰ ਦੇਵੇ ਜਿੱਥੇ ਸਾਡੇ ਸਕਿੱਲ ਦੀ ਇਹਨਾਂ ਨੂੰ ਲੋੜ ਹੈ ਜਾਂ ਜਿੱਥੇ ਲੇਬਰ ਦੀ ਲੋੜ ਹੈਗੀ ਆ, ਇਹਨਾਂ ਦੀਆਂ ਲੌਂਗ ਟਰਮ ਲੇਬਰ ਨੀਡਸ ਜਿੱਦਾਂ ਦੀਆਂ ਹੈਗੀਆਂ, ਜਿਨ੍ਹਾਂ ਨੇ ਔਲਰੇਡੀ ਇੱਥੇ 5 ਸਾਲ 6 ਸਾਲ ਕੰਮ ਕੀਤਾ ਆ, ਕਾਲਜ ਦੇ ਵਿੱਚ ਪੜ੍ਹੇ ਆ, ਜਿਨ੍ਹਾਂ ਨੇ PR ਦੇ ਲਈ ਕੰਮ ਕੀਤਾ, ਐਲੀਜੀਬਲ ਨੇ, ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ, ਉਹਨਾਂ ਨੂੰ ਖੁਦ ਹੀ ਉਹਨਾਂ ਨੂੰ ਐਕਸਟੈਂਸ਼ਨ ਦੇਣੀ ਚਾਹੀਦੀ ਆ ਤਾਂ ਕਿ ਉਹ ਬੱਚੇ ਉੱਧਰਲੇ ਰਾਹ ਕੋਈ ਵੀ ਆਊਟ ਆਫ ਸਟੈਟਸ ਨਾ ਹੋਵੇ, ਕੋਈ ਵੀ ਰਿਫਿਊਜੀ ਨਾ ਲਾਵੇ ਜਾਂ ਬਾਰਡਰ ਨਾ ਕ੍ਰੋਸ ਕਰਨ। ਅਤੇ ਜੇ ਇਹ ਇੱਦਾਂ ਹੁੰਦਾ ਆ ਤਾਂ ਮੈਨੂੰ ਲੱਗਦਾ ਵੀ ਉਹਨਾਂ ਦਾ ਨਜਾਇਜ਼ ਫਾਇਦਾ ਚੱਕਿਆ ਜਾਣਾ, ਆਉਣ ਵਾਲੇ ਦਿਨਾਂ ਦੇ ਵਿੱਚ ਕ੍ਰਾਈਮ ਰੇਟ ਵਧਣਾ ਆ। ਅਸੀਂ ਦੇਖਿਆ ਤੁਸੀਂ ਇੱਕ ਪਾਸੇ ਡਿਮਾਂਡ ਕਰ ਰਹੇ ਹੋ ਪਾਥਵੇ ਟੂ PR, ਅਤੇ ਦੂਜੇ ਪਾਸੇ ਇਸ ਵਕਤ ਇਮੀਗ੍ਰੇਸ਼ਨ ਦੀ ਗੱਲ ਕੀਤੀ ਜਾਵੇ, ਇਮੀਗ੍ਰੇਸ਼ਨ ਮਿਨਿਸਟਰ ਦੇ ਵੱਲੋਂ ਇੱਕ ਤੋਂ ਇੱਕ ਸਟ੍ਰਿਕਟ ਐਕਸ਼ਨਸ ਲਏ ਜਾ ਰਹੇ ਨੇ, ਸੋ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਵਿੱਚ, ਹਾਲਾਂਕਿ LMIA ਦੀ ਤੁਹਾਡੀ ਇੱਕ ਡਿਮਾਂਡ ਸੀ ਜੋ ਕਿ ਇਸ ਵਕਤ ਉਹਦੇ 'ਤੇ ਕੰਸੀਡਰ ਕੀਤਾ ਜਾ ਰਿਹਾ। ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਦੀ ਇੱਕ ਵਾਰ ਫਿਰ ਤੋਂ ਗੱਲਬਾਤ ਕੀਤੀ ਗਈ ਹੈ, ਇਸ ਦੇ ਨਾਲ ਹੀ ਉਹਨਾਂ ਨੂੰ ਕੁਝ ਯੂਨੀਅਨਸ ਦੇ ਵੱਲੋਂ ਸਹਿਯੋਗ ਵੀ ਦਿੱਤਾ ਗਿਆ। ਸੋ ਇਹਨਾਂ ਯੂਨੀਅਨਸ ਦਾ ਕੀ ਕਹਿਣਾ ਇਸ ਪ੍ਰੋਟੈਸਟ ਦੇ ਬਾਰੇ ਵਿੱਚ, ਅਤੇ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਇਮੀਗ੍ਰੇਸ਼ਨ ਮਿਨਿਸਟਰ ਅਤੇ ਫੈਡਰਲ ਸਰਕਾਰ ਤੋਂ ਕੀ ਮੰਗਾਂ ਨੇ, ਸੁਣਦੇ ਉਹਨਾਂ ਦੀ ਹੀ ਜ਼ੁਬਾਨੀ। ਇਸ ਵੇਲੇ ਸਾਡੇ ਨਾਲ ਮਹਿਕਦੀਪ ਮੌਜੂਦ ਨੇ ਜੋ ਕਿ ਇਸ ਪ੍ਰੋਟੈਸਟ ਦੇ ਫੇਸ ਵੀ ਬਣ ਚੁੱਕੇ ਨੇ। ਸੋ ਮਹਿਕ, ਸਭ ਤੋਂ ਪਹਿਲਾਂ ਪ੍ਰੋਟੈਸਟ ਦੇ ਬਾਰੇ ਵਿੱਚ ਗੱਲਬਾਤ ਕਰੀ, ਆਲਮੋਸਟ ਤੁਸੀਂ ਡਿਮਾਂਡਸ ਦੇ ਬਾਰੇ ਵਿੱਚ ਬੜੀ ਕਲੀਅਰਲੀ ਗੱਲ ਮੈਂਸ਼ਨ ਕਰ ਦਿੱਤੀ ਹੈ, ਪਰ ਦੂਜੇ ਪਾਸੇ ਇਮੀਗ੍ਰੇਸ਼ਨ ਮਿਨਿਸਟਰ ਦੀ ਗੱਲ ਕਰੀਏ, ਇਸ ਵਕਤ ਉਹਨਾਂ ਦੇ ਵੱਲੋਂ ਹਾਲਾਂਕਿ ਕੁਝ ਐਕਸ਼ਨਸ ਲਏ ਜਾ ਰਹੇ ਨੇ ਪਰ ਉਹ ਕਾਫੀ ਸਟ੍ਰਿਕਟ ਐਕਸ਼ਨਸ ਲਏ ਜਾ ਰਹੇ ਨੇ, ਕੀ ਕਹੋਗੇ? ਹਾਂਜੀ, ਸਟ੍ਰਿਕਟ ਐਕਸ਼ਨਸ ਜ਼ਰੂਰ ਨੇ, ਬਟ ਸਾਨੂੰ ਇਹ ਲੱਗਦਾ ਵੀ ਹੁਣ ਜਿਹੜੇ ਇਸ ਤੋਂ ਬਾਅਦ ਆਉਣ ਵਾਲੇ ਡਿਸੀਜ਼ਨ ਉਹਨਾਂ ਵੱਲੋਂ ਲਏ ਜਾਣਗੇ, ਇਹ ਕਿਤੇ ਨਾ ਕਿਤੇ ਫੇਅਰ ਫੀਲਡ ਦੇ ਲਈ ਸਾਡੇ ਹੱਕ ਦੇ ਵਿੱਚ, ਅਤੇ ਜਿਹੜੇ ਜੈਨੂਅਨ ਐਪਲੀਕੈਂਟ ਹੈਗੇ ਨੇ ਉਹਨਾਂ ਦੇ ਲਈ ਇੱਕ ਪੋਜ਼ਿਟਿਵ ਆਊਟਕਮ ਹੋਊਗੀ। ਜਿੱਦਾਂ ਕਿ ਉਹਨਾਂ ਨੇ 50 points ਰਿਵੋਕ ਕਰਨ ਦੀ ਗੱਲ ਕੀਤੀ, ਕਿਉਂਕਿ ਅਸੀਂ ਦੇਖ ਰਹੇ ਹਾਂ LMIAਆਂ ਜਿਹੜੀਆਂ ਬਹੁਤ ਰੈਕਡ ਬ੍ਰੇਕਿੰਗ LMIAs ਜਿਹੜੀਆਂ ਅਪਰੂਵ ਹੋ ਰਹੀਆਂ ਨੇ ਅਤੇ ਆਉਣ ਵਾਲੇ ਮਹੀਨੇ ਦੇ ਵਿੱਚ ਹੋਣੀਆਂ ਆ, ਤਾਂ ਉਹ ਕਿਤੇ ਨਾ ਕਿਤੇ ਜਿਹੜਾ ਐਕਸਪ੍ਰੈਸ ਐਂਟਰੀ ਦਾ ਪੂਲ ਆ ਉਹਨੂੰ ਬਹੁਤ ਜ਼ਿਆਦਾ ਐਕਸਪਲੋਇਟ ਕਰ ਰਹੀਆਂ ਨੇ, ਤਾਂ ਅਸੀਂ ਚਾਹੁੰਦੇ ਸੀ ਵੀ ਉਹ 50 points ਬੰਦ ਹੋਣੇ ਚਾਹੀਦੇ ਆ ਜਾਂ LMI ਨੂੰ ਸਾਡੇ ਤੋਂ ਇੱਕ ਡਿਫਰੈਂਟ ਸਟ੍ਰੀਮ ਬਣਾਇਆ ਜਾਵੇ, ਤਾਂ ਉਹਦੇ 'ਤੇ ਸਾਡੀ ਲਗਾਤਾਰ ਜਿਹੜੀ MPs ਨਾਲ ਗੱਲ ਚੱਲ ਰਹੀ ਹੈ, ਅਤੇ ਦੂਜੇ ਪਾਸੇ ਐਕਸਟੈਂਸ਼ਨਸ ਨੂੰ ਵੀ ਸਾਨੂੰ ਉਮੀਦ ਹੈ ਵੀ ਐਕਸਟੈਂਸ਼ਨਸ ਜ਼ਰੂਰ ਆਉਣਗੀਆਂ, ਅਤੇ ਉਹ ਕਿਤੇ ਨਾ ਕਿਤੇ ਕੁਝ ਕੰਡੀਸ਼ਨਸ ਲੱਗ ਕੇ ਆਉਣਗੀਆਂ ਜਿਹਦੇ ਵਿੱਚ ਜਿਹੜੇ ਜੈਨੂਅਨ ਐਪਲੀਕੈਂਟ ਅਤੇ ਜਿਹੜੇ ਐਲੀਜੀਬਲ ਕੈਂਡੀਡੇਟ ਹੈਗੇ ਆ ਉਹਦੇ ਲਾਹੇਬੰਦ ਹੋਣਗੇ। ਸੋ ਤੁਸੀਂ ਇਹ ਵੀ ਇੱਕ ਮੰਗ ਕੀਤੀ ਹੈ ਕਿ ਵੀ ਸਟੂਡੈਂਟਸ ਜਿਹੜੇ ਇੱਥੇ ਪੜ੍ਹਨ ਆਉਂਦੇ ਆ ਉਹਨਾਂ ਨੂੰ 5 ਸਾਲ ਦਾ ਘੱਟੋ ਘੱਟ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਿੱਤਾ ਜਾਵੇ, ਹੁਣ ਇਹ ਕਿਵੇਂ ਮਤਲਬ ਪੋਸੀਬਲ ਹੋ ਸਕਦਾ ਕਿ ਕੋਈ 1 ਸਾਲ ਦੀ ਸਟੱਡੀ ਲਈ ਆ ਰਿਹਾ ਜਾਂ ਕੋਈ 2 ਸਾਲ ਦੀ ਸਟੱਡੀ ਲਈ ਆ ਰਿਹਾ ਅਤੇ ਸਭ ਨੂੰ 5 ਸਾਲ ਦਾ ਹੀ ਵਰਕ ਪਰਮਿਟ ਦਿੱਤਾ ਜਾਵੇ? ਨਹੀਂ, ਇਹ 'ਚ ਅਸੀਂ ਸਭ ਨੂੰ 5 ਸਾਲ ਦਾ ਨਹੀਂ, ਅਸੀਂ ਜਿਨ੍ਹਾਂ ਨੇ 2 ਸਾਲ ਦੀ ਇੱਥੇ ਸਟੱਡੀ ਕੀਤੀ ਆ ਉਹਨਾਂ ਦੇ ਲਈ 5 ਸਾਲ ਦਾ ਮੰਗ ਰਹੇ ਹਾਂ 3 ਸਾਲ ਦੀ ਜਗ੍ਹਾ, ਕਿਉਂਕਿ ਬੈਕਲੌਗ ਜਿਹੜਾ ਬਹੁਤ ਜ਼ਿਆਦਾ ਵੱਡਾ ਹੈ। ਨੈਕਸਟ ਈਅਰ 2 ਮਿਲੀਅਨ ਬੰਦਾ ਜਿਹੜਾ ਵਰਕ ਪਰਮਿਟ ਦੇ ਉੱਤੇ ਵਰਕ ਪਰਮਿਟ ਸਟੇਟਸ 'ਤੇ ਹੋਊਗਾ, ਤਾਂ 2 ਮਿਲੀਅਨ ਕੰਪੀਟ ਕਰ ਰਿਹਾ ਹੋਊਗਾ PR ਦੇ ਲਈ, ਤਾਂ ਇਹ ਸਾਰਿਆਂ ਲਈ ਬਹੁਤ ਮੁਸ਼ਕਲ ਹੋਣਾ ਆ। 2 ਲੱਖ ਦੇ ਵਿੱਚੋਂ 2 ਮਿਲੀਅਨ ਦੇ ਵਿੱਚੋਂ 2 ਲੱਖ ਦੀ ਗਿਣਤੀ ਦੇ ਵਿੱਚ ਆਉਣਾ, ਤਾਂ ਅਸੀਂ ਚਾਹੁੰਦੇ ਹਾਂ ਵੀ ਜੇ 5 ਸਾਲ ਦਾ ਵਰਕ ਪਰਮਿਟ ਮਿਲਦਾ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ 1/3 ਓਨਟਾਰੀਓ ਦੇ ਜਿਹੜੇ ਸਕਿੱਲ ਟ੍ਰੇਡ ਆ ਉਹ ਰਿਟਾਇਰ ਹੋ ਰਹੀ ਆ, ਤਾਂ ਓਨਟਾਰੀਓ ਨੂੰ ਵੀ ਬੰਦਿਆਂ ਦੀ ਲੋੜ ਆ, ਅਤੇ ਜਿਹੜੇ ਬੇਬੀ ਬੂਮਰਸ ਹੈਗੇ ਆ 10 ਮਿਲੀਅਨ ਬੰਦਾ ਕੈਨੇਡਾ ਦਾ ਜਿਹੜਾ ਬੇਬੀ ਬੂਮਰਸ ਆ ਉਹ ਆਉਣ 2030 ਤੱਕ ਜਿਹੜੇ ਉਹ ਰਿਟਾਇਰ ਹੋ ਰਹੇ ਨੇ, ਤਾਂ ਕੈਨੇਡਾ ਨੂੰ ਆਉਂਦੇ ਸਾਲਾਂ ਦੇ ਵਿੱਚ ਕਿਤੇ ਨਾ ਕਿਤੇ ਬੰਦਿਆਂ ਦੀ ਲੋੜ ਜ਼ਰੂਰ ਹੈਗੀ ਆ, ਤਾਂ ਅਸੀਂ ਚਾਹੁੰਦੇ ਹਾਂ ਸਰਕਾਰ ਸਾਨੂੰ ਉਹਨਾਂ ਏਰੀਆਜ਼ ਦੇ ਵਿੱਚ ਮੂਵ ਕਰ ਦੇਵੇ ਜਿੱਥੇ ਸਾਡੇ ਸਕਿੱਲ ਦੀ ਇਹਨਾਂ ਨੂੰ ਲੋੜ ਆ ਜਾਂ ਜਿੱਥੇ ਲੇਬਰ ਦੀ ਲੋੜ ਹੈਗੀ ਆ, ਇਹਨਾਂ ਦੀਆਂ ਲੌਂਗ ਟਰਮ ਲੇਬਰ ਨੀਡਸ ਜਿੱਦਾਂ ਦੀਆਂ ਹੈਗੀਆਂ, ਉੱਦਾਂ ਦੀ ਇਹ ਸਾਨੂੰ ਕੁਛ ਇੱਦਾਂ ਦੀ ਪਾਲਿਸੀ ਲੈ ਕੇ ਹੋਣ। ਸੋ ਦੂਜੇ ਪਾਸੇ ਲੀਡਰ ਆਫ ਆਪੋਜੀਸ਼ਨ ਮਿਸਟਰ ਪੀਅਰ ਪੋਲਿਫ ਨੇ 4.5 ਮਿਲੀਅਨ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਨੇ ਜਿਨ੍ਹਾਂ ਦਾ ਵਰਕ ਪਰਮਿਟ ਅੱਗੇ ਖਤਮ ਹੋ ਰਿਹਾ, ਉਹਨਾਂ ਨੂੰ ਵੀ ਅੱਗੇ ਕਿਹਾ ਗਿਆ ਕਿ ਵੀ ਉਹਨਾਂ ਨੂੰ ਵੀ ਬਾਹਰ ਕੀਤਾ ਜਾਵੇ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਹਾਂਜੀ, ਇਹ ਦੋਨੋਂ ਪਾਰਟੀਜ਼ ਹੀ ਲਗਾਤਾਰ ਜਿਹੜੀਆਂ ਇਮੀਗ੍ਰੇਸ਼ਨ ਦੇ ਉੱਤੇ
ਇੱਕ ਡਰਟੀ ਪੋਲੀਟਿਕਸ ਮੈਂ ਕਹੂੰਗਾ ਇਲੈਕਸ਼ਨ ਆਉਣ ਕਰਕੇ ਸਾਡੇ ਤੇ ਡਰਟੀ ਪੋਲੀਟਿਕਸ ਜਿਹੜੀ ਕੀਤੀ ਜਾ ਰਹੀ ਹੈ, ਜਿਵੇਂ ਕਿ ਆਪਾਂ ਪਿੱਛੇ ਦੇਖਿਆ ਅਮਰੀਕਾ ਵਿੱਚ ਵੀ ਇਲੀਗਲ ਜਿਹੜੇ ਉੱਥੋਂ ਬੰਦੇ ਰਹਿ ਰਹੇ ਆ ਉਹਨਾਂ ਨੂੰ ਕੱਢਣ ਅਤੇ ਰੱਖਣ ਦੇ ਪੋਲੀਟਿਕਸ ਚੱਲੀ, ਅਤੇ ਉਹ ਮੈਨੂੰ ਲੱਗਦਾ ਵੀ ਉੱਥੋਂ ਦਾ ਡਿਸੀਜ਼ਨ ਵੀ ਜਿਹੜਾ ਹੋਇਆ ਤਾਂ ਉਹ ਇਮੀਗ੍ਰੇਸ਼ਨ 'ਤੇ ਹੀ ਹੋਇਆ, ਤਾਂ ਜਿਹੜਾ ਇੱਥੋਂ ਦਾ ਵੀ ਆਉਣ ਵਾਲੇ ਸਾਲ ਦੇ ਇਲੈਕਸ਼ਨ ਦਾ ਜਿਹੜਾ ਕੰਸੈਪਟ ਰਹੂਗਾ ਉਹ ਇਮੀਗ੍ਰੇਸ਼ਨ 'ਤੇ ਹੀ ਰਹੂਗਾ, ਤਾਂ ਦੋਨੇ ਪਾਰਟੀਜ਼ ਜਿਹੜੀਆਂ ਹੈਗੀਆਂ ਉਹ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਜਿਹੜੀ ਬਿਆਨਬਾਜ਼ੀ ਕਰ ਰਹੀਆਂ ਨੇ ਇਮੀਗ੍ਰੇਸ਼ਨ ਦੇ ਉੱਤੇ, ਅਤੇ ਅਸੀਂ ਉਹਦੀ ਅਸੀਂ ਕਿਤੇ ਨਾ ਕਿਤੇ ਇਹ ਸਮਝਦੇ ਹਾਂ ਵੀ ਜਿਹੜਾ ਉਹ 4.59 million ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਉਹਦੇ ਵਿੱਚੋਂ ਜਿਹੜੇ ਬਹੁਤੇ ਮੈਜੋਰਿਟੀ ਜਿਹੜੇ ਹੈਗੇ ਆ ਉਹ ਇੱਥੇ ਰਹਿਣ ਦੇ ਹੱਕਦਾਰ ਹੈਗੇ ਆ, ਤਾਂ ਕਿ ਉਹ ਇੱਥੋਂ ਦੀਆਂ ਲੇਬਰ ਨੀਡ ਜਿਹੜੀਆਂ ਉਹ ਫੁੱਲਫਿਲ ਕਰ ਸਕਦੇ ਨੇ। ਸੋ ਜਿਵੇਂ ਤੁਸੀਂ ਇੱਕ ਪ੍ਰੈਸ ਕਾਨਫਰੰਸ ਵਿੱਚ ਵੀ ਇਹ ਗੱਲ ਆਖੀ ਸੀ ਕਿ ਤੁਸੀਂ ਦੂਸਰੇ ਜਿਹੜੇ ਸਟੂਡੈਂਟਸ ਇਸ ਵਕਤ ਆਊਟ ਆਫ ਸਟੇਟਸ ਹੋ ਰਹੇ ਨੇ ਉਹ ਦੂਜੇ ਆਪਸ਼ਨਸ ਵੀ ਐਕਸਪਲੋਰ ਕਰ ਰਹੇ, ਜਿਹਦੇ ਵਿੱਚ ਤੁਸੀਂ ਸਪੈਸ਼ਲੀ ਅਸਾਇਲਮ ਸੀਕਰਸ ਵੀ ਮੈਂਸ਼ਨ ਕੀਤਾ ਸੀ ਕਿ ਅਸਾਇਲਮ ਵੱਲ ਵੀ ਸਟੂਡੈਂਟਸ ਜਾ ਰਹੇ ਨੇ। ਸਾਡੇ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਕਿ 14,000 ਦੇ ਕਰੀਬ ਸਟੂਡੈਂਟਸ ਦੇ ਵੱਲੋਂ ਇਸ ਵੱਲ ਨੂੰ ਅੱਗੇ ਰੁੱਖ ਕੀਤਾ ਗਿਆ, ਐਪਲੀਕੇਸ਼ਨਸ ਲਗਾਈਆਂ ਗਈਆਂ ਨੇ, ਪਰ ਉੱਥੇ ਹੀ ਇਹ ਵੀ ਹੁਣ ਕਿਆਸ ਲਗਾਏ ਜਾ ਰਹੇ ਨੇ ਕਿ ਅਗਲਾ ਜਿਹੜਾ ਉਹਨਾਂ ਦਾ ਨੈਕਸਟ ਸਟੈਪ ਹੋਏਗਾ ਉਹ ਅਸਾਇਲਮ ਜਾਂ ਰਿਫਿਊਜੀ ਸੀਕਰਸ ਦੇ ਉੱਤੇ ਹੋਏਗਾ ਕਿ ਇੰਟਰਨੈਸ਼ਨਲ ਸਟੂਡੈਂਟਸ ਜਾਂ ਵਿਸਟ ਵੀਜ਼ਾ ਵਾਲੇ ਜੇਕਰ ਇਸ ਪਾਸੇ ਵੱਲ ਜਾਂਦੇ ਤਾਂ ਸ਼ਾਇਦ ਉਹਨਾਂ ਨੂੰ ਇਨਐਲੀਜੀਬਲ ਕੀਤਾ ਜਾਵੇ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਲਾਂਕਿ ਅਜੇ ਇਹ ਅਨਾਊਂਸਮੈਂਟ ਨਹੀਂ ਆਈ ਪਰ ਇਹ ਕਿਆਸ ਲਗਾਏ ਜਾ ਰਹੇ ਨੇ। ਹਾਂਜੀ, ਸਾਨੂੰ ਵੀ ਇਹ ਸੁਣਨ ਨੂੰ ਮਿਲਿਆ ਕਿ ਜਿਹੜਾ ਅਸਾਇਲਮ ਸਿਸਟਮ ਦੇ ਉੱਤੇ ਕੁਛ ਕੁ ਅਨਾਊਂਸਮੈਂਟਸ ਆਉਂਦੇ ਹਫ਼ਤਿਆਂ ਦੇ ਵਿੱਚ ਹੋਣੀਆਂ ਨੇ, ਬਟ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਵੀ ਸਾਡੇ ਵੱਲੋਂ ਕੁਛ ਵੀ ਇੱਦਾਂ ਦਾ ਪ੍ਰਮੋਟ ਨਹੀਂ ਕੀਤਾ ਜਾਂਦਾ ਜਿਹਦੇ 'ਚ ਅਸੀਂ ਆਪਾਂ ਇੱਥੋਂ ਦੇ ਬੱਚਿਆਂ ਨੂੰ ਇਹ ਮੋਟੀਵੇਟ ਕਰੀਏ ਜਾਂ ਇਨਫਲੂਐਂਸ ਕਰੀਏ ਵੀ ਉਹ ਅਸਾਇਲਮ ਲਾਉਣ। ਅਸੀਂ ਉਹ ਚੀਜ਼ ਅਸੀਂ ਖੁਦ ਨਹੀਂ ਕੀਤੀ ਅਤੇ ਨਾ ਹੀ ਅਸੀਂ ਉਹ ਚੀਜ਼ ਪ੍ਰਮੋਟ ਕਰਦੇ ਹਾਂ, ਅਤੇ ਨਾਲ ਹੀ ਜੇ ਸਰਕਾਰ ਕੁਛ ਲੈ ਕੇ ਆਉਂਦੀ ਹੈ ਤਾਂ ਉਹ ਮੈਂ ਚਾਹੁੰਦਾ ਵੀ ਜਿਹੜੇ ਨਹੀਂ ਹੱਕਦਾਰ ਹੈਗੇ ਉਹ ਚੀਜ਼ ਦੇ ਉਹਨਾਂ ਲਈ ਆਵੇ, ਪਰ ਜਿਨ੍ਹਾਂ ਨੇ ਔਲਰੇਡੀ ਇੱਥੇ 5-6 ਸਾਲ ਕੰਮ ਕੀਤਾ ਆ, ਕਾਲਜ ਦੇ ਵਿੱਚ ਪੜ੍ਹਿਆ, ਜਿਨ੍ਹਾਂ ਨੇ PR ਦੇ ਲਈ ਕੰਮ ਕੀਤਾ, ਐਲੀਜੀਬਲ ਨੇ, ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ, ਉਹਨਾਂ ਨੂੰ ਖੁਦ ਹੀ ਉਹਨਾਂ ਨੂੰ ਐਕਸਟੈਂਸ਼ਨ ਦੇਣੀ ਚਾਹੀਦੀ ਆ ਤਾਂ ਕਿ ਉਹ ਬੱਚੇ ਉੱਧਰਲੇ ਰਾਹ ਕੋਈ ਵੀ ਆਊਟ ਆਫ ਸਟੇਟਸ ਨਾ ਹੋਵੇ, ਕੋਈ ਵੀ ਰਿਫਿਊਜੀ ਨਾਲ ਆਵੇ ਜਾਂ ਬਾਰਡਰ ਨਾ ਕ੍ਰੋਸ ਕਰਨ। ਅਤੇ ਜੇ ਇਹ ਇੱਦਾਂ ਹੁੰਦਾ ਆ ਤਾਂ ਮੈਨੂੰ ਲੱਗਦਾ ਵੀ ਉਹਨਾਂ ਦਾ ਨਜਾਇਜ਼ ਫਾਇਦਾ ਚੱਕਿਆ ਜਾਣਾ, ਆਉਣ ਵਾਲੇ ਦਿਨਾਂ ਦੇ ਵਿੱਚ ਕ੍ਰਾਈਮ ਰੇਟ ਵਧਣਾ ਆ, ਤਾਂ ਉਹ ਕਿਸੇ ਵੀ ਕੰਟਰੀ ਲਈ ਚੰਗਾ ਨਹੀਂ ਹੋਊਗਾ, ਕਿਉਂਕਿ ਜੇ ਕ੍ਰਾਈਮ ਰੇਟ ਵੱਧਦਾ ਆ ਤਾਂ ਇੱਥੋਂ ਦੇ ਸਿਟੀਜ਼ਨ ਹੋਰ ਔਖੇ ਹੋਣਗੇ, ਈਵਨ ਕਿ ਜੇ ਉਹ ਅਨਡਾਕੂਮੈਂਟ ਹੁੰਦੇ ਆ, ਇਲੀਗਲ ਹੁੰਦੇ ਆ, ਤਾਂ ਕੈਨੇਡਾ ਸਰਕਾਰ ਦੀ CPP ਅਤੇ ਟੈਕਸ ਜਿਹੜੇ ਇਹਨਾਂ ਨੇ ਕਾਮਿਆਂ ਤੋਂ ਬਣਾਉਣੇ ਆ ਉਹ ਵੀ ਕਿਤੇ ਨਾ ਕਿਤੇ ਰੋਕਦੀ ਆ, ਤਾਂ ਉਹ ਇਫੈਕਟ ਹੋਊਗਾ। ਸੋ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ, ਕੀ ਡਿਮਾਂਡ ਹੈ? ਹਾਂਜੀ, ਆਪਾਂ ਪਹਿਲਾਂ ਤਾਂ ਕਮਿਊਨਿਟੀ ਨੂੰ ਇਹ ਰਿਕੁਐਸਟ ਕਰਨਾ ਚਾਹੁੰਦੇ ਹਾਂ ਵੀ ਸਾਡਾ ਸਾਥ ਦੇਣ। ਆਉਂਦੀ 7 ਤਰੀਕ ਨੂੰ ਅਸੀਂ ਇੱਕ ਹੋਰ ਰੈਲੀ ਕਰਨ ਜਾ ਰਹੇ ਹਾਂ ਜਿਹਦੇ 'ਚ ਆਪਾਂ ਇੱਕ ਵੱਡੀ ਆਵਾਜ਼ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਕਮਿਊਨਿਟੀ ਦੇ ਵੱਲੋਂ, ਅਤੇ ਨਾਲ ਹੀ ਅਸੀਂ ਸਰਕਾਰ ਨੂੰ ਇਹ ਰਿਕੁਐਸਟ ਕਰਨਾ ਚਾਹੁੰਦੇ ਹਾਂ ਵੀ ਸਾਨੂੰ ਇੱਥੇ ਅੱਜ 90 ਦਿਨ ਹੋ ਗਏ ਅਤੇ ਹਾਲੇ ਵੀ ਉਹਨਾਂ ਨੇ ਕੋਈ ਖਾਸ ਸਾਨੂੰ ਚੰਗਾ ਪੋਜ਼ਿਟਿਵ ਆਊਟਕਮ ਨਹੀਂ ਦਿੱਤਾ, ਤਾਂ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਐਲੀਜੀਬਲ ਹੈਗੇ ਆ ਕਿਸੇ ਨਾ ਕਿਸੇ ਸਟ੍ਰੀਮ ਦੇ ਵਿੱਚ, ਸਰਕਾਰ ਪ੍ਰੋਵਿੰਸ਼ੀਅਲ ਗਵਰਨਮੈਂਟ ਜਾਂ ਫੈਡਰਲ ਗਵਰਨਮੈਂਟ ਦੀਆਂ ਗਲਤੀਆਂ ਕਰਕੇ ਉਹ ਨਹੀਂ PR ਪਾਥਵੇ ਉਹਨਾਂ ਨੂੰ ਮਿਲਿਆ ਜਾਂ ਚਾਂਸ ਨਹੀਂ ਮਿਲਿਆ, ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਜਾਵੇ ਅਤੇ ਆਉਂਦੇ ਸਾਲ ਦੇ ਵਿੱਚ ਉਹਨਾਂ ਨੂੰ ਫਿਰ ਚਾਂਸ ਮਿਲਣਾ ਚਾਹੀਦਾ। ਹਾਂਜੀ, ਧੰਨਵਾਦ। ਸੋ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਜੋ ਪ੍ਰੋਟੈਸਟ ਹੈ ਉਹ ਅੱਜ 90ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਹੈ, ਅਤੇ ਸਾਡੇ ਨਾਲ ਐਸੇ ਹੀ ਇੰਟਰਨੈਸ਼ਨਲ ਸਟੂਡੈਂਟਸ ਇਸ ਵਕਤ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਇਸ ਧਰਨੇ ਦੇ ਵਿੱਚ ਹਿੱਸਾ ਲਿਆ ਜਾ ਰਿਹਾ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਸਰਬਜੀਤ ਸਿੰਘ। ਸਰਬਜੀਤ, ਅੱਜ 90ਵੇਂ ਦਿਨ ਦੇ ਵਿੱਚ ਐਂਟਰ ਕਰ ਚੁੱਕੇ ਹੋ, ਅਤੇ ਸਭ ਤੋਂ ਪਹਿਲਾਂ ਤਾਂ ਇਸ ਧਰਨੇ ਦੇ ਬਾਰੇ ਵਿੱਚ ਦੱਸੋ, ਤੁਸੀਂ ਅੱਜ ਕਾਫੀ ਯੂਨੀਅਨਸ ਦੇ ਵੱਲੋਂ ਵੀ ਤੁਹਾਨੂੰ ਅੱਜ ਸਹਿਯੋਗ ਮਿਲਿਆ, ਕੀ ਕਹੋਗੇ? ਮੈਮ, ਐਕਚੁਅਲੀ ਸਾਡੇ ਨਾਲ ਇਸ ਟਾਈਮ 'ਤੇ 50 ਤੋਂ ਉੱਪਰ ਯੂਨੀਅਨਸ ਨੇ ਜਿਹੜੀਆਂ ਸਾਡੀ ਸਪੋਰਟ ਦੇ ਵਿੱਚ ਹੈਗੀਆਂ ਨੇ, ਉਹਦੇ ਵਿੱਚ ਆਪਣੇ ਓਨਟਾਰੀਓ ਫੈਡਰੇਸ਼ਨ ਲੇਬਰ ਵੀ ਆ ਜਾਂਦੀ ਹੈ, QP ਆ ਜਾਂਦੀ ਹੈ, ਐਲੀਮੈਂਟਰੀ ਸਕੂਲ ਯੂਨੀਅਨ, ਹੋਰ ਵੀ ਬਹੁਤ ਨੇ, ਲਿਸਟ ਕਾਫੀ ਲੰਬੀ ਚਲੀ ਜਾਂਦੀ ਹੈ। ਅੱਜ ਆਪਾਂ ਪ੍ਰੈਸ ਨੂੰ ਸਾਰੀ ਉਹ ਲਿਸਟ ਦਿੱਤੀ ਹੋਈ ਹੈ,
ਅਤੇ ਉਹਨਾਂ ਸਾਰਿਆਂ ਦੀ ਸਪੋਰਟ ਦੇ ਨਾਲ ਕਾਫੀ ਦਿਨਾਂ ਤੋਂ ਸਾਨੂੰ ਸਪੋਰਟ ਦੇ ਵਿੱਚ ਨੇ, ਬਟ ਇੱਕ ਲੈਟਰ ਜਿਹੜਾ ਅਫੀਸ਼ੀਅਲ ਸੀਗਾ ਉਹ ਸਾਡੇ ਵੱਲੋਂ ਅੱਜ ਰਿਲੀਜ਼ ਕੀਤਾ ਗਿਆ। ਸੋ ਅਸੀਂ ਦੇਖਿਆ ਤੁਸੀਂ ਇੱਕ ਪਾਸੇ ਡਿਮਾਂਡ ਕਰ ਰਹੇ ਹੋ ਪਾਥਵੇ ਟੂ PR, ਅਤੇ ਦੂਜੇ ਪਾਸੇ ਇਸ ਵਕਤ ਇਮੀਗ੍ਰੇਸ਼ਨ ਦੀ ਗੱਲ ਕੀਤੀ ਜਾਵੇ, ਇਮੀਗ੍ਰੇਸ਼ਨ ਮਿਨਿਸਟਰ ਦੇ ਵੱਲੋਂ ਇੱਕ ਤੋਂ ਇੱਕ ਸਟ੍ਰਿਕਟ ਐਕਸ਼ਨਸ ਲਏ ਜਾ ਰਹੇ ਨੇ, ਸੋ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਵਿੱਚ, ਹਾਲਾਂਕਿ LMI ਦੀ ਤੁਹਾਡੀ ਇੱਕ ਡਿਮਾਂਡ ਸੀ ਜੋ ਕਿ ਇਸ ਵਕਤ ਉਹਦੇ 'ਤੇ ਕੰਸੀਡਰ ਕੀਤਾ ਜਾ ਰਿਹਾ? ਮੈਮ, ਅਸੀਂ ਵੈਸੇ ਤਾਂ ਕੰਟੀਨਿਊਸਲੀ MPs ਦੇ ਨਾਲ ਮੀਟਿੰਗ ਦੇ ਵਿੱਚ ਹੈਗੇ ਹਾਂ, ਸਾਡੀ ਉਹਨਾਂ ਨਾਲ ਗੱਲ ਹੋ ਰਹੀ ਹੈ, ਉਹਨਾਂ ਵੱਲੋਂ ਸਾਨੂੰ ਇੰਨਾ ਕੁ ਭਰੋਸਾ ਦਵਾਇਆ ਗਿਆ ਕਿ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਹਾਂ, ਅਸੀਂ ਮਾਰਕ ਮਿਲਰ ਨਾਲ ਵੀ ਗੱਲ ਕਰ ਰਹੇ ਹਾਂ, ਬਟ ਜਿਹੜੇ ਐਕਸ਼ਨਸ ਮਿਸਟਰ ਮਾਰਕ ਮਿਲਰ ਵੱਲੋਂ ਲਏ ਜਾ ਰਹੇ ਆ ਉਹ ਹਜੇ ਕੁਛ ਇੰਨੇ ਪ੍ਰੋਮਿਸਿੰਗ ਨਹੀਂ ਲੱਗ ਰਹੇ, ਉਹ ਐਂ ਲੱਗ ਰਿਹਾ ਕਿ ਜਿੱਦਾਂ ਸਾਡੇ ਅਗੇਂਸਟ ਹੀ ਜਾ ਰਹੇ ਨੇ ਸਾਰੀ ਸਿਚੁਏਸ਼ਨ। ਇਹ ਮੋਸਟਲੀ ਜਿਹੜੀ ਹੈਗੀ ਆ ਇਲੈਕਸ਼ਨਸ ਦੇ ਕਰਕੇ ਬਣੀ ਹੋਈ ਹੈ ਸਿਚੁਏਸ਼ਨ, ਦੋਨੋਂ ਪਾਰਟੀਜ਼ ਇਸ ਸਿਚੁਏਸ਼ਨ ਨੂੰ ਪੋਲੀਟੀਸਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ, ਅਤੇ ਰੂਲਸ ਸਟ੍ਰਿਕਟ ਕਰਕੇ ਵੋਟਸ ਨੂੰ ਅਟਰੈਕਟ ਕਰਨ ਦੀ ਇੱਕ ਕੋਸ਼ਿਸ਼ ਚੱਲ ਰਹੀ ਹੈ। ਸੋ ਹੁਣ ਤੁਹਾਡਾ ਅਗਲੀ ਰਣਨੀਤੀ ਕੀ ਹੋਏਗੀ? ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਇਹਦਾ ਮਕਸਦ ਕੀ ਸੀ? ਮੈਮ, ਐਕਚੁਲੀ ਇਹ ਤਾਂ ਇੱਕ ਸਾਡਾ ਸੀਗਾ ਕਿ ਜਿਹੜੀ ਸਪੋਰਟ ਜਿਹੜੇ ਲੋਕਲਸ ਵੱਲੋਂ ਇੱਥੋਂ ਜਿਹੜੀਆਂ ਯੂਨੀਅਨਸ ਵੱਲੋਂ ਜਿਹੜੀ ਸਾਨੂੰ ਮਿਲ ਰਹੀ ਆ, ਅਤੇ ਇੱਕ ਤਾਂ ਉਹ ਅਫੀਸ਼ਲੀ ਅਨਾਊਂਸ ਕਰਨੀ ਸੀਗੀ, ਇੱਕ ਉਹ ਮਕਸਦ ਸੀਗਾ, ਅਤੇ ਉੱਦਾਂ ਵੀ ਸਾਡਾ ਜਿਹੜਾ ਚੱਲ ਰਿਹਾ ਪ੍ਰੋਟੈਸਟ ਰੈਗੂਲਰ ਮੀਟਿੰਗਸ ਦੇ ਵਿੱਚ ਕਾਫੀ ਪੋਜ਼ਿਟਿਵ ਰਿਸਪੋਂਸ ਆ ਰਿਹਾ ਸਾਨੂੰ, ਅਤੇ ਜਿਹੜਾ ਆਪਣਾ 50 ਪੁਆਇੰਟ ਰਿਵੋਕ ਦਾ ਸੀਗਾ ਉਹਦੇ ਵਿੱਚ ਅਸੀਂ ਦੋ ਪ੍ਰਪੋਜ਼ ਕੀਤੇ ਸੀਗੇ ਸੋਲਿਊਸ਼ਨ। ਇੱਕ ਤਾਂ ਸੀਗਾ ਕਿ ਜਾਂ ਤਾਂ 50 ਪੁਆਇੰਟਸ ਰਿਵੋਕ ਕੀਤੇ ਜਾਣ, ਅਤੇ ਇੱਕ ਸੀਗਾ ਕਿ ਜਾਂ ਜਿਹੜੇ 50 ਪੁਆਇੰਟਸ ਦੇ ਲਈ ਜਿਹੜੇ ਹੈਗੇ ਨੇ ਆਪਣੇ LMI ਵਾਲਿਆਂ ਲਈ, ਉਹਨਾਂ ਲਈ ਇੱਕ ਵੱਖਰਾ ਡਰਾਅ ਕੰਡਕਟ ਕੀਤਾ ਜਾਵੇ, ਤਾਂ ਉਹ ਰਿਵੋਕ ਦੇ ਉੱਤੇ ਉਹ ਅਗਰੀ ਹੋਏ, ਸੋ ਉਹਦੇ ਉੱਤੇ ਉਹ ਕੰਮ ਕਰ ਰਹੇ ਨੇ। ਸੋ ਹੁਣ ਜਿਵੇਂ ਦੇਖ ਰਹੇ ਹਾਂ ਠੰਡ ਵੀ ਇਸ ਵਕਤ ਲਗਾਤਾਰ ਵੱਧ ਰਹੀ ਹੈ, ਅਜਿਹੇ ਵਿੱਚ ਲਗਾਤਾਰ 24 ਘੰਟੇ 7 ਦਿਨ ਇਹ ਪ੍ਰੋਟੈਸਟ ਜਿਹੜਾ ਤੁਸੀਂ ਇੱਥੇ ਕਰ ਰਹੇ ਹੋ, ਇਨਕੈਂਪਮੈਂਟ ਕੀਤੀ ਗਈ ਹੈ, ਅੱਗੇ ਹੁਣ ਕੀ ਹੈ ਡਿਮਾਂਡਸ? ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਮਿਨਿਸਟਰ ਦੇ ਵੱਲੋਂ ਜੇ ਇਸ ਦੇ ਉੱਤੇ ਕੋਈ ਵੀ ਤਵੱਜੋ ਨਹੀਂ ਦਿੱਤਾ ਜਾ ਰਿਹਾ, ਕੀ ਇਸੇ ਤਰੀਕੇ ਨਾਲ ਇਹ ਜਾਰੀ ਰਹੇਗਾ? ਮੈਮ, ਹਜੇ ਤਾਂ ਪ੍ਰੋਗਰਾਮ ਇਹੀ ਹੈ ਕਿ ਇਸੇ ਤਰੀਕੇ ਹੀ ਜਾਰੀ ਰਹੇਗਾ, ਵੈਸੇ ਇੱਕ ਡਿਮਾਂਡ ਦੇ ਉੱਤੇ ਕੰਮ ਹੋਇਆ, ਅਸੀਂ ਹੋਪਫੁੱਲ ਹਾਂ ਕਿ ਅੱਗੇ ਬਾਕੀ ਡਿਮਾਂਡਸ ਦੇ ਉੱਪਰ ਵੀ ਕੰਮ ਕਰੇਗੀ ਗੌਰਮੈਂਟ, ਅਤੇ ਪੋਜ਼ਿਟਿਵ ਰਿਸਪੋਂਸ ਹੈ ਵਾ ਗੌਰਮੈਂਟ ਵੱਲੋਂ ਕਾਫੀ ਹੱਦ ਤੱਕ ਹੈਗਾ, ਮੀਟਿੰਗਸ ਦੇ ਵਿੱਚ ਉਹਨਾਂ ਵੱਲੋਂ ਕਾਫੀ ਪੋਜ਼ਿਟਿਵ ਰਿਸਪੋਂਸ ਦਿੱਤਾ ਜਾ ਰਿਹਾ। ਸੋ ਕਮਿਊਨਿਟੀ ਦਾ ਕੀ ਰਿਸਪੋਂਸ ਹੈ ਇਸ ਵਕਤ? ਕਮਿਊਨਿਟੀ ਦਾ ਰਿਸਪੋਂਸ ਵੀ ਮੈਮ ਕਾਫੀ ਵਧੀਆ ਆ ਰਿਹਾ, ਆਪਣੇ ਨਾਲ ਗੁਰਦੁਆਰਾ ਕਮੇਟੀ ਸਾਰੀਆਂ ਆਪਣੇ ਨਾਲ ਕੰਮ ਕਰਦੀਆਂ ਪਈਆਂ ਨੇ, ਹੋਰ ਵੀ ਉੱਦਾਂ ਵੀ ਇੰਡੀਵਿਜੁਅਲ ਜਿਹੜੇ ਕਮਿਊਨਿਟੀ ਮੈਂਬਰਸ ਡੇਲੀ ਸਪੋਰਟ ਦੇ ਵਿੱਚ ਆਉਂਦੇ ਨੇ, ਸੋ ਇਹ ਜਿਹੜਾ ਧਰਨਾ 90 ਦਿਨ ਚੱਲ ਗਿਆ, ਕਮਿਊਨਿਟੀ ਦੀ ਸਪੋਰਟ ਦੇ ਸਿਰ 'ਤੇ ਹੀ ਚੱਲਿਆ ਜੀ, ਜੋ ਵੀ ਆਪਣਾ ਫੂਡ ਹੋ ਗਿਆ ਜਾਂ ਕੁਛ ਕੋਈ ਵੀ ਜਿਹੜੀ ਹੈਲਪ ਹੁੰਦੀ ਸੀ ਉਹ ਕਮਿਊਨਿਟੀ ਵੱਲੋਂ ਹੀ ਆਈ ਹੈ, ਤਾਂ ਕਮਿਊਨਿਟੀ ਦੀ ਸਪੋਰਟ 'ਤੇ ਹੀ ਅਸੀਂ ਇੰਨੇ ਦਿਨ ਕੱਢ ਪਏ। ਸੋ ਅਤੇ ਜਿਵੇਂ ਹੁਣ ਸਟੇਟਸ ਐਕਸਪਾਇਰ ਹੋ ਰਿਹਾ, ਅਤੇ ਜੇ ਅੱਗੇ ਛੇਤੀ ਕੋਈ ਫੈਸਲਾ ਨਹੀਂ ਲਿਆ ਜਾਂਦਾ ਇਮੀਗ੍ਰੇਸ਼ਨ ਮਿਨਿਸਟਰ ਦੇ ਵੱਲੋਂ, ਤਾਂ ਆਪਣੇ ਸਟੇਟਸ ਨੂੰ ਬਚਾਉਣ ਲਈ ਫਿਰ ਅਗਲਾ ਸਟੈਪ ਕੀ ਹੋਏਗਾ ਤੁਹਾਡਾ? ਮੈਮ, ਜਿਹੜੀਆਂ ਆਪਸ਼ਨਸ ਬਾਕੀਆਂ ਤੋਂ ਨੇ ਉਹ ਫਿਰ ਸਾਨੂੰ ਵੀ ਐਕਸਪਲੋਰ ਕਰਨੀਆਂ ਪੈਣਗੀਆਂ, ਬਟ ਪ੍ਰੋਬਲਮ ਇਹ ਹੈ ਕਿ ਅਸੀਂ ਉਸ ਐਕਸਪਲੋਇਟੇਸ਼ਨ ਦੇ ਰਾਹ ਤੋਂ ਜਾਣਾ ਨਹੀਂ ਚਾਹੁੰਦੇ, ਅਤੇ ਅਸੀਂ ਨਹੀਂ ਚਾਹੁੰਦੇ ਕਿ ਬਾਕੀ ਜਿਹੜੇ ਵੀ ਨਵੇਂ ਬੱਚੇ ਆ ਰਹੇ ਨੇ ਉਹਨਾਂ ਨੂੰ ਇਸ ਰਾਹ ਥਾਣੀ ਗੁਜ਼ਰਨਾ ਪਵੇ। 4.9 ਮਿਲੀਅਨ ਦੀ ਗੱਲ ਕੱਲ੍ਹ ਆਪਣੇ ਮਿਸਟਰ ਪੀਅਰ ਪੋਲੀਵਰ ਨੇ ਕੀਤੀ, ਉਹ ਕਹਿ ਰਹੇ ਨੇ ਕਿ 4.5 ਮਿਲੀਅਨ ਨੂੰ ਡਿਪੋਰਟ ਕਰਨਾ। ਆਪਾਂ ਜੇ ਗੱਲ ਕਰੀਏ ਕੈਨੇਡਾ ਦੀ ਇਕੋਨਮੀ ਤਾਂ ਆਲਰੇਡੀ ਸ਼ਰਿੰਕਿੰਗ ਆ, ਅਤੇ ਇਸ ਟਾਈਮ ਦੇ ਉੱਤੇ ਇੰਨੇ ਜਾਣੇ ਨੂੰ ਡਿਪੋਰਟ ਕਰਨ ਲਈ ਬਜਟ ਕਿੱਥੋਂ ਆਉਣਾ? ਸੋ ਰਾਦਰ ਦੈਨ ਕਿ ਆਪਾਂ ਇਹ ਬਲੇਮ ਕਰਕੇ ਉਹਨਾਂ ਨੂੰ ਇੱਕ ਵੋਟ ਦੀ ਪੋਲੀਟਿਕਸ ਕਰੀਏ, ਅਤੇ ਉਹਦੇ ਵਿੱਚ ਜਿਹੜੇ ਲੋਕ ਪਿਸ ਰਹੇ ਨੇ ਉਹਨਾਂ ਨੂੰ ਉਹਦੇ ਉੱਤੇ ਬਲੇਮ ਕੀਤਾ ਜਾਵੇ, ਬੈਟਰ ਇਹ ਹੈ ਕਿ ਉਹਨਾਂ ਨੂੰ ਇੱਕ ਚਾਂਸ ਦਿੱਤਾ ਜਾਵੇ ਤਾਂ ਕਿ ਉਹ ਇਕੋਨਮੀ ਦੇ ਵਿੱਚ ਕੰਟਰੀਬਿਊਟ ਕਰਦੇ ਰਹਿਣ, ਆਲਰੇਡੀ ਕਰ ਰਹੇ ਨੇ ਅਤੇ ਉਹ ਅੱਗੇ ਵੀ ਕਰਨਾ ਚਾਹੁੰਦੇ ਨੇ, ਸੋ ਫੇਅਰ ਚਾਂਸ ਦਿੱਤਾ ਜਾਵੇ, ਤਾਂ ਇਹੀ ਸਾਡੀ ਡਿਮਾਂਡ ਹੈ। ਥੈਂਕ ਯੂ ਮੈਡਮ, ਥੈਂਕ ਯੂ।